ਤੁਹਾਨੂੰ ਬਹੁਤ ਬਹੁਤ ਵਧਾਈ ਹੋਵੇ। ਤੁਸੀਂ ਪਿੰਡ ਰਾਏਪੁਰ ਦੇ ਸਰਪੰਚ ਚੁਣੇ ਗਏ ਹੋ। ਪਿੰਡ ਸਾਹਿਬ ਆਪਣਾ ਸ਼ੁਭ ਕਾਮ ਨਾਮ ਕੀ ਜੇ? ਮੇਰਾ ਨਾਮ ਜੀ ਤੇਜ ਰਾਮ ਸੈਣੀ। ਤੇਜ ਰਾਮ ਸੈਣੀ ਜੀ, ਆਪਣੇ ਇਲੈਕਸ਼ਨ ਹੋਈ ਪੰਚਾਇਤੀ ਇਲੈਕਸ਼ਨ, ਪਿੰਡ ਦੇ ਵਿੱਚ ਤੁਸੀਂ ਕਿੰਨੀਆਂ ਕੁ ਵੋਟਾਂ ਨਾਲ ਜਿਹੜੀ ਇਹ ਇਲੈਕਸ਼ਨ? ਮੈਂ ਵੀ 60 ਕੁ ਵੋਟਾਂ ਨਾਲ। ਸਭ ਉਹ ਕਿਹੜੇ ਕਿਹੜੇ ਮੁੱਦੇ ਸੀ ਜਿਹਨਾਂ ਨੂੰ ਲੈ ਕੇ ਤੁਸੀਂ ਇਹ ਇਲੈਕਸ਼ਨ ਜਿੱਤੀ? ਦੇਖੋ ਮੈਂ ਮਹਿਕਮਾ ਪੁਲਿਸ ਵਿੱਚੋਂ, ਪੰਜਾਬ ਪੁਲਿਸ ਦੇ ਵਿੱਚੋਂ ਏ ਐੱਸ ਆਈ ਰਿਟਾਇਰ ਹੋਇਆ। ਅੱਛਾ ਜੀ। ਮੇਰੇ ਜਿਹੜੇ ਨੇ ਪਿਤਾ ਜੀ ਵੀ ਪਹਿਲਾਂ ਪੁਰਾਣੇ 20 ਸਾਲ ਮਤਲਬ ਬਜ਼ੁਰਗ ਸਾਡੇ ਸਰਪੰਚ ਰਹੇ ਨੇ ਪਿੰਡ ਦੇ 20 ਸਾਲ। ਮੇਰੇ ਤੋਂ ਵੱਡੇ ਜਿਹੜੇ ਬੜੇ ਮਹੀਨੇ ਮੇਰੇ 11 ਰਾਮ ਜੀ, ਉਹ ਵੀ 20 ਸਾਲ ਸਰਪੰਚ ਰਹੇ। ਅੱਜ ਸਾਨੂੰ ਵੀ ਟਾਈਮ ਆ ਗਿਆ, ਮਤਲਬ ਪਿੰਡ ਵਾਲਿਆਂ ਸਹਿਯੋਗ ਦਿੱਤਾ, ਉਹਨਾਂ ਦੀ ਮਨਸਾ ਸੀ ਵੀ ਚਲੋ ਕੋਈ ਇਹਨਾਂ ਨੂੰ ਵੀ ਟਾਈਮ ਦਿੱਤਾ ਜਾਏ ਉਸੇ ਪਰਿਵਾਰ ਨੂੰ। ਅਤੇ ਇਸੇ ਹਿਸਾਬ ਨਾਲ ਲੋਕਾਂ ਨੇ ਸਾਨੂੰ ਪਿਆਰਾ ਪਿਛਲਾ ਮਤਲਬ ਪ੍ਰੇਮ ਪਿਆਰ ਜਗਾਇਆ, ਮਤਲਬ ਤਾਂ ਸਾਨੂੰ ਮਤਲਬ ਹੈ ਵੀ ਸਾਥ ਦਿੱਤਾ ਅਤੇ ਅਸੀਂ ਸਰਪੰਚ ਮਤਲਬ ਬਣੇ। ਪਿਛਲੀ ਪੰਚਾਇਤ ਦੇ ਅਧੂਰੇ ਪਏ ਕੰਮ ਉਹ ਕਿਹੜੇ ਕਿਹੜੇ ਨੇ? ਦੇਖੋ ਜੋ ਲੋਕਾਂ ਦੀਆਂ ਖਾਸਾਂ ਨੇ ਜੇ ਸਾਨੂੰ ਲੋਕਾਂ ਨੇ ਟਾਈਮ ਦਿੱਤਾ, ਅਤੇ ਜਿਹੜੇ ਵੀ ਕੰਮ ਅਧੂਰੇ ਹੋਣਗੇ ਕੋਈ ਮਤਲਬ ਹੈ ਸੜਕ ਦਾ ਜਾਂ ਗਲੀਆਂ ਦਾ ਜਾਂ ਜਿੱਥੇ ਪਾਣੀ ਸੱਪੜਾਂ ਦਾ ਕੰਮ ਕੋਈ ਵੀ ਰਹਿੰਦਾ ਜਿਹੜਾ, ਉਸ ਸਾਰੇ ਅਸੀਂ ਪੂਰੇ ਕਰਾਂਗੇ। ਚਲੋ ਠੀਕ ਆ, ਉਹਨਾਂ ਨੇ ਵੀ ਆਪਣਾ ਜਿਹੜਾ ਪਿਛਲਾ ਟਾਈਮ ਗੁਜ਼ਾਰਿਆ ਉਹਨਾਂ ਨੇ ਵੀ ਪੂਰਾ ਸਹਿਯੋਗ ਦਿੱਤਾ, ਚਲੋ ਜਿਹੜੇ ਰਹਿ ਗਏ ਨੇ ਆਪਾਂ ਵੀ ਪੂਰੇ ਕਰਾਂਗੇ ਔਰ ਸੱਚੇ ਮਨੋਂ ਸੇਵਾ ਅਸੀਂ ਜਿਹੜੀ ਲੋਕਾਂ ਦੀ ਮਤਲਬ ਆ ਕਰਾਂਗੇ। ਅਤੇ ਵੱਧ ਤੋਂ ਵੱਧ ਪੈਸੇ ਲਿਆ ਕੇ, ਸਾਡੀ ਕਾਂਗਰਸ ਦੀ ਗੌਰਮੈਂਟ ਆ, ਅਸੀਂ ਉਹਨਾਂ ਕੋਲੋਂ ਲਿਆ ਕੇ ਵੱਧ ਤੋਂ ਵੱਧ ਪੈਸੇ ਲਾ ਕੇ ਪਿੰਡ ਦੇ ਜਿਹੜੇ ਰਹਿੰਦੇ ਕੰਮ ਨੇ ਸੁਧਾਰਾਂਗੇ। ਹੋਰ ਵੀ ਨਵੀਆਂ ਜਿਹੜੀਆਂ ਪ੍ਰਪੋਜ਼ਲਾਂ ਨੇ, ਜਿੱਦਾਂ ਕਿ ਬੱਚਿਆਂ ਦੇ ਵਾਸਤੇ ਕੋਈ ਨਵੀਂ ਪੀੜ੍ਹੀ ਵਾਸਤੇ ਅਸੀਂ ਗਰਾਊਂਡ ਦਾ ਇੰਤਜ਼ਾਮ ਕਰਾਂਗੇ ਆਪਣੇ, ਅਤੇ ਉਹਦੇ ਵਾਸਤੇ ਕੋਈ ਫੰਡ ਮੰਗਾਵਾਂਗੇ ਉਹਨਾਂ ਦਾ ਸਮਾਨ ਪਾ ਕੇ, ਖੇਡਾਂ ਦਾ ਸਮਾਨ ਵੀ ਬਣਾਇਆ ਜਾਏ ਬੱਚਿਆਂ ਵਾਸਤੇ, ਉਹਨਾਂ ਦੇ ਮਨੋਰੰਜਨ ਦਾ ਮਤਲਬ ਜਿਹੜਾ ਸਭ ਨੂੰ ਬਣੇ ਅਤੇ ਬੱਚੇ ਵੀ ਖੁਸ਼ ਰਹਿਣ। ਅਤੇ ਹੋਰ ਲੋਕਾਂ ਦੀ ਪੈਨਸ਼ਨਾਂ ਬਾਰੇ ਜਾਂ ਜੋ ਵੀ ਕਾਰਡ ਵਗੈਰਾ ਰਹਿ ਗਏ ਨੇ ਸਾਰੇ ਆਪਾਂ ਬਣਵਾ ਕੇ ਦੇਵਾਂਗੇ। ਅਤੇ ਨਈਆਂ ਜੋ ਸਕੂਲਾਂ ਬਾਰੇ ਜਾਂ ਕਿਸ ਤਰ੍ਹਾਂ ਕੋਈ ਵੀ ਜਿਹੜੀ ਹਸਪਤਾਲ ਬਾਰੇ ਜਾਂ ਕਿਸ ਤਰ੍ਹਾਂ ਉਹਦੇ ਬਾਰੇ ਵੀ ਆਪਣੀਆਂ ਪ੍ਰਪੋਜ਼ਲਾਂ ਬਣਾ ਕੇ ਅਤੇ ਅਸੀਂ ਨਾਂ ਭੇਜਾਂਗੇ ਹਾਈਕਮਾਨ ਨੂੰ, ਤਾਂ ਕਿ ਸਾਨੂੰ ਸੜਕ ਦੇ ਕੰਢੇ ਸਾਡਾ ਪਿੰਡ ਆ ਅਤੇ ਲੋਕਾਂ ਨੂੰ ਪਤਾ ਲੱਗੇ ਵੀ ਵਾਕਈ ਕਿਸੇ ਨੇ ਕੋਈ ਕੰਮ ਕੀਤਾ ਹੈ। ਅਤੇ ਸਰਪੰਚ ਸਾਹਿਬ, ਤੁਸੀਂ ਜਿੱਦਣ ਤੋਂ ਪਿੰਡ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨੌਜਵਾਨ ਪੀੜ੍ਹੀ ਨੂੰ, ਜਿਹੜਾ ਮਤਲਬ ਉਹਨਾਂ ਵਾਸਤੇ? ਦੇਖੋ ਨੌਜਵਾਨ ਪੀੜ੍ਹੀ ਨੂੰ ਤਾਂ ਇਸੇ ਤਰ੍ਹਾਂ ਹੀ ਹੈ ਨਾ ਵੀ ਜੇ ਪਹਿਲਾਂ ਤਾਂ ਇਸ ਵੇਲੇ ਮਨੋਰੰਜਨ ਉਹਨਾਂ ਦਾ ਮਤਲਬ ਵੀ ਜਿਹੜਾ ਸਾਡੇ ਵਾਸਤੇ ਗਰਾਊਂਡ ਦਾ ਇੰਤਜ਼ਾਮ ਕੀਤਾ ਜਾਏ ਜਾਂ ਸਟੇਡੀਅਮ, ਮਤਲਬ ਹੈ ਸਟੇਡੀਅਮ ਦਾ ਵੀ ਅਸੀਂ ਗੱਲਬਾਤ ਹੋਈ ਆ ਸਾਡੀ, ਉਹਦੀ ਕੋਸ਼ਿਸ਼ ਕਰ ਰਹੇ ਹਾਂ ਬੱਚਿਆਂ ਲਈ ਸਟੇਡੀਅਮ ਬਣਾਇਆ ਜਾਏ, ਅਤੇ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਮਤਲਬ ਉਹ ਵੀ ਗੇਮਾਂ ਦੇ ਵਿੱਚ ਅਗਾਂਹ ਸਿੱਖ ਕੇ ਜਾਂ ਦੌੜ ਭੱਜ ਕਰਕੇ ਆਪਣਾ ਗਾਂਹ ਭਰਤੀ ਹੋਣ ਜਾਂ ਕਿਸ ਤਰ੍ਹਾਂ ਨੂੰ ਹਰ ਟਾਈਮ ਮਿਲੇ ਮਤਲਬ। ਅਤੇ ਉਸ ਤੋਂ ਅੱਗੇ ਜਿਹੜਾ ਬੱਚਿਆਂ ਦਾ ਚੰਗੇ ਪਾਸੇ ਧਿਆਨ ਲਾਵਾਂਗੇ, ਨਸ਼ਿਆਂ ਵਾਸਤੇ ਮਤਲਬ ਉਹਨਾਂ ਨੂੰ ਪ੍ਰੇਰਨਾ ਦੇਵਾਂਗੇ ਅਤੇ ਨਸ਼ਿਆਂ ਤੋਂ ਦੂਰ ਰਹਿਣ। ਬਸ ਇਹੀ।